ਦੇਖੋ ਮੇਰੀ ਉਸ ਪਰਿਵਾਰ ਦੇ ਨਾਲ ਇੱਕ ਤਰ੍ਹਾਂ ਦੀ ਸਮਰੱਖ ਲੱਗੇ, ਜਿਸ ਰੂਪ ਚ ਭਾਵੇਂ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਪਰਿਵਾਰਕ ਸਾਂਝ ਹੈ, ਮੇਰੀ ਉਹਨਾਂ ਦੇ ਨਾਲ ਸਾਂਝ ਹੀ ਸੀ ਕਿ ਜਾਤੀ ਹੋਈ ਸੀ ਅੰਮ੍ਰਿਤਪਾਲ ਸਿੰਘ ਦੇ ਨਾਲ, NSA ਲਾਉਣਾ, NSA ਦੀ ਜ਼ਰੂਰਤ ਨਹੀਂ ਸੀ ਫਿਰ ਡਿਬਰੂਗੜ੍ਹ ਸੁੱਟ ਦੇਣਾ, ਉਹਦੇ ਵਾਸਤੇ ਆਵਾਜ਼ ਵੀ ਬੁਲੰਦ ਕੀਤੀ ਹੈ, ਸਹਿਯੋਗ ਵੀ ਦਿੱਤਾ, ਗਾਂ ਵੀ ਦੇਵਾਂਗੇ। ਪਰ ਚੋਣਾਂ ਨੂੰ ਲੈ ਕੇ ਜਦੋਂ ਚੋਣਾਂ ਦੀ ਚਰਚਾ ਚੱਲੀ, ਮੈਂ ਜਿਹੜਾ ਪਰਿਵਾਰ ਦਾ ਕਰਤਾ ਧਰਤਾ ਹੈ, ਜਿਹੜਾ ਇਹਨਾਂ ਦਾ ਮੁੱਖ ਸਲਾਹਕਾਰ ਹੈ, ਉਹਦੇ ਨਾਲ ਮੇਰੀ ਇਹੀ ਗੱਲ ਚੱਲਦੀ ਰਹੀ ਵੀ ਚੋਣਾਂ ਆ ਗਈਆਂ ਯਾਰ, ਧਿਆਨ ਰੱਖਿਆ ਜੇ, ਹੋ ਸਕਦਾ ਖਡੂਰ ਸਾਹਿਬ ਤੋਂ ਮੈਨੂੰ ਉਮੀਦਵਾਰ ਲੈਣਾ ਯਾਰ। ਉਹ ਕਹਿੰਦੇ ਜੀ ਬਹੁਤ ਚੰਗੀ ਗੱਲ ਹੈ। ਉਹਨੇ ਫਿਰ ਮੈਨੂੰ ਇਹ ਵੀ ਕਿਹਾ ਕਿ ਮੇਰੀ ਅੰਦਰ ਵੀ ਗੱਲ ਹੋ ਗਈ ਹੈ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨਾਲ, ਮੇਰੀ ਪਰਿਵਾਰ ਨਾਲ ਵੀ ਹੋ ਗਈ ਹੈ, ਤੇ ਉਹ ਕਹਿੰਦੇ ਆ ਕਿ ਉਹ ਨਹੀਂ ਹੋਰ ਪਤਾ ਨਹੀਂ ਇਹਦਾ ਕੀ ਕਰਦੇ ਆ ਅਸੀਂ, ਮਲਟੋਆ ਸਾਹਿਬ ਦੀ ਜਿਹੜੀ ਆ ਜ਼ਰੂਰ ਮਦਦ ਕਰਾਂਗੇ। ਉਹ ਜਾਣਨ ਉਹ ਜਾਣਨ, ਮੈਂ ਤਾਂ ਉੱਥੇ ਜਾ ਕੇ ਕਹਿ ਕੇ ਆਇਆ ਕਿ ਮੈਂ ਉਹ ਬੰਦੇ ਨੂੰ ਪੁੱਛ ਲਓ ਮੇਰੇ ਮੂੰਹ ਤੋਂ ਲੈ ਆਓ। ਹਾਂਜੀ, ਦੂਜੀ ਗੱਲ ਜਿਹੜੀ ਹੈ ਕਿ ਮੈਂ ਇਹ ਵੀ ਗੱਲ ਕੀਤੀ ਕਿ ਮੈਂ ਯਾਰ ਕੁਸਰ ਮੁਰਸਰ ਜੀ ਸੁਣਦਾ ਕਿ ਇਹ ਤਾਂ ਨਹੀਂ ਕਿਹਾ ਕਿ ਉਹਨਾਂ ਚੋਣ ਲੜਨੀ, ਉਹ ਇਹੀ ਵੀ ਨਹੀਂ ਜੀ ਨਾ ਉਹਨਾਂ ਦਾ ਏਜੰਡਾ ਹੈ ਚੋਣਾਂ 'ਚ, ਉਹਨਾਂ ਆਉਣਾ ਨਹੀਂ, ਤੇ ਪਰਿਵਾਰ ਦੀ ਜਾਂ ਸਾਰਿਆਂ ਦੀ ਇੱਛਾ ਇਹ ਹੈ ਕਿ ਭਾਵੇਂ ਕੋਈ ਕਹੀ ਜਾਵੇ ਅਸੀਂ ਇਸ ਕੰਮ 'ਚ ਨਹੀਂ ਆਉਣਾ। ਗੱਲ ਨਹੀਂ ਬਣ ਗਈ ਥੋੜ੍ਹੇ ਦਿਨ ਪਹਿਲਾਂ ਦੀ ਗੱਲ, ਲਗਾਤਾਰ 20-25 ਦਿਨ ਤੋਂ ਲਗਾਤਾਰ ਐਪੀਸੋਡ ਚੱਲਦਾ ਰਿਹਾ। ਹਾਂਜੀ, ਫਿਰ ਆ ਜਾਂਦਾ ਆ ਐਡਵੋਕੇਟ ਰਾਜਦੇਵ ਸਿੰਘ ਦਾ ਐਪੀਸੋਡ, ਉਹ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨਾਲ ਮੁਲਾਕਾਤ ਕਰਕੇ ਆਉਂਦਾ ਤੇ ਜੇਲ੍ਹ ਤੋਂ ਬਾਹਰ ਆਣ ਕੇ ਅਨਾਊਂਸਮੈਂਟ ਕਰਦਾ ਆ ਕਿ ਆ ਭਾਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜਨ। ਹੁਣ ਪਤਾ ਨਹੀਂ ਉੱਥੇ ਕਿਹੜੀ ਸੰਗਤ ਨਾਲ ਉਹਨੇ ਸਲਾਹ ਕਰ ਲਈ। ਹਾਂਜੀ, ਬਾਹਰ ਨਿਕਲ ਕੇ ਤੇ RSS ਦੇ ਨਾਲ ਸੰਬੰਧਿਤ ਬੰਦਾ ਜਿਹੜਾ ਹੈ, ਹਾਂਜੀ, ਜਿਹੜਾ ਉਹਦਾ ਮੈਂਬਰ ਹੈ, ਅੱਜ ਵੀ ਆਨਲਾਈਨ ਜਿਹੜਾ ਆ ਗੂਗਲ 'ਤੇ ਉਹ ਆਣ ਕੇ ਅਨਾਊਂਸਮੈਂਟ ਕਰਦਾ ਹੈ। ਚਲੋ ਮੈਂ ਫਿਰ ਉਹ ਸੱਜਣ ਨਾਲ ਗੱਲ ਕੀਤੀ, ਮੈਂ ਯਾਰ ਆ ਗਈ ਹੈ, ਉਹ ਆਉਂਦਾ ਤੁਸੀਂ ਤੇ ਹੁਣ ਗੱਲ ਕਰਨ ਡੇ, ਅਸੀਂ ਪਹਿਲਾਂ ਬੜੇ ਪਰੇਸ਼ਾਨ ਹੈ ਵੀ ਇਹਨੂੰ ਕਿਹਨੇ ਅਧਿਕਾਰ ਦਿੱਤਾ ਹੈ ਵਕੀਲ ਨੂੰ। ਹਾਂ, ਵੀ ਵਕੀਲ ਨੇ ਕਿਹਨੂੰ ਕਰਤਾ, ਕੋਈ ਸਹਿਮਤ ਨਹੀਂ ਜੀ, ਬਿਲਕੁਲ ਨਹੀਂ, ਐਵੇਂ ਉਹਨੇ ਸੁਰਲੀ ਛੱਡੀ ਆ, ਕਿਸੇ ਨੇ ਨੀਗਾ, ਪਰਿਵਾਰ ਨੀ, ਪਰਿਵਾਰ ਦੇ ਵੀ ਤੁਹਾਡੇ ਸਾਹਮਣੇ ਬਿਆਨ ਆ ਗਏ, ਪਿਤਾ ਦਾ ਵੀ ਆ ਗਿਆ, ਮਾਤਾ ਦੇ ਵੀ ਆ ਗਿਆ, ਵੀ ਕੋਈ ਚੋਣ ਨੀ। ਕੋਈ ਕਿਸ ਨੂੰ ਰੋਕ ਸਕਦਾ? ਮੈਂ ਤੇ ਇੱਕ ਸਿੱਖ ਦੇ ਨਾਤੇ ਜਿਹੜਾ ਸਿੱਖੀ ਸਿਧਾਂਤ ਹੈ, ਜਿਹੜੀ ਪੰਥਕ ਸੋਚ ਹੈ, ਉਹਦੇ ਮੁਤਾਬਕ ਜਿਹੜੀ ਸਾਨੂੰ ਗੁਰੂ ਸਾਹਿਬਾਨ ਨੇ ਸਿੱਖਿਆ ਦਿੱਤੀ ਹੈ ਕਿ ਵਖਰੇਵੇਂ ਹੋ ਜਾਂਦੇ ਨੇ, ਤੇ ਸਿੱਖ ਦਾ ਫਰਜ਼ ਬਣਦਾ ਆ ਦੂਜੇ ਕੋਲੇ ਚੱਲ ਕੇ ਚੱਲ ਜੇ ਤੇ ਆਪਣੇ ਆਪ ਹੀ ਦੁਸ਼ਦਾ ਦੂਰ ਹੋ ਜਾਂਦੀ ਹੈ। ਮੈਂ ਜਾ ਕੇ ਨਿਮਰਤਾ ਨਾਲ ਬੇਨਤੀ ਕੀਤੀ ਹੈ, ਅਸੀਂ ਹੋਰ ਵੀ ਗੱਲਾਂ ਬਾਤਾਂ ਕੀਤੀਆਂ, ਮੈਂ ਤਾਂ ਇਹੀ ਕਿਹਾ ਕਿ ਵੀ ਮੈਨੂੰ ਪਹਿਲੋਂ ਕਿਉਂ ਜਿਹੜਾ ਆ ਇਹ ਗੱਲ ਚੱਲਦੀ ਰਹੀ ਹੈ, ਮੈਂ ਕਿਹਾ ਉਹ ਤੁਹਾਡਾ ਕਰਦਾ ਕਰਦਾ ਮੈਂ ਉਹੀ ਆਣ ਕੇ ਕਹਿ ਦੇ ਕਿ ਨਹੀਂ ਮੇਰੇ ਨਾਲ ਗੱਲਾਂ ਚੱਲਦੀਆਂ ਰਹੀਆਂ। ਹੁਣ ਤੁਸੀਂ ਕਹੀ ਜਾਓ ਜੀ ਪੈਸੇ ਤੇ ਵਰਤਣੇ ਪੈਂਦੇ ਆ ਜੀ, ਕਈ ਵਾਰ
ਮਤਲਬ ਲਾਨੇ ਆ ਪ੍ਰੋਗਰਾਮ ਚੇਂਜ ਕਰਨਾ ਪੈਂਦਾ ਹੈ, ਤੇ ਮੈਂ ਕਿਹਾ ਫਿਰ ਚੇਂਜ ਕਿਉਂ ਕਰਦੇ ਆ? ਪ੍ਰੋਗਰਾਮ ਹੀ ਉਹਨਾਂ ਐਲਾਨ ਕਰੀਏ ਜਿੰਨੇ ਤੇ ਆਪਾਂ ਖੜੋ ਸਕਦੇ ਹਾਂ, ਉਨੀ ਗੱਲ ਕਰੀਏ। ਹਾਂਜੀ ਚਲੋ, ਇਹ ਕੋਈ ਬਹਿਸ ਵੈਸੇ ਵਾਲੀ ਗੱਲ ਨਹੀਂ ਸੀਗੀ, ਮੈਂ ਤੁਹਾਡੀਆਂ ਗੱਲਾਂ ਕਰਕੇ ਮੈਂ ਇਸ ਪਾਸੇ ਵਧਿਆ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਹਾਂਜੀ ਤੇ ਮੈਂ ਪਾਰਟੀ ਨਾ ਕਰ ਦਿੰਦਾ। ਮੈਂ ਕਿਹਾ ਜਦੋਂ ਮੇਰੇ ਬਾਰੇ ਫਾਈਨਲ ਹੋ ਗਿਆ, ਸਾਰਾ ਕੁਛ ਹੋ ਗਿਆ, ਸਿਰਫ ਇਹ ਵੇਖਦੇ ਸੀ ਵੀ ਕਾਂਗਰਸ ਵੱਲੋਂ ਕੌਣ ਆਉਂਦਾ ਆ। ਹਾਂਜੀ ਤੇ ਉਸ ਤੋਂ ਬਾਅਦ ਜਿਹੜਾ ਆ ਸ਼ਾਇਦ ਐਲਾਨ ਕਰਨਾ, ਇਸੇ ਕਰਕੇ ਖਡੂਰ ਸਾਹਿਬ ਦੀ ਰੱਖੀ ਸੀਗੀ। ਤੇ ਮੈਂ ਕਿਹਾ ਫਾਈਨਲ ਤਾਂ ਹੋਇਆ ਬੈਠਾ ਸੀਗਾ। ਚਲੋ ਉਹਨਾਂ ਨੇ ਆਪਦੀ ਦਲੀਲ ਦਿੱਤੀ, ਮੈਂ ਆਪਦੀ ਦਲੀਲ ਦਿੱਤੀ, ਬੜੇ ਵਧੀਆ ਮਾਹੌਲ 'ਚ ਗੱਲਬਾਤ ਹੋਈ ਹੈ ਉਹਨਾਂ ਦੇ ਨਾਲ, ਅਤੇ ਇਵੇਂ ਮਾਣ ਸਤਿਕਾਰ ਨਾਲ ਵੀ ਗੱਲਬਾਤ ਹੋਈ ਹੈ। ਅਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਵਿਚਾਰ ਕਰੋ, ਉਹ ਮੈਨੂੰ ਕਹਿੰਦੇ ਤੁਸੀਂ ਵਿਚਾਰ ਕਰੋ। ਮੈਂ ਠੀਕ ਹੈ ਜੀ, ਵਿਚਾਰ ਕਰੋ ਡਾਕਟਰ ਸਾਹਿਬ। ਨਹੀਂ ਮੈਂ ਤਾਂ ਵਿਚਾਰ ਮੈਂ ਤਾਂ ਉਹਨਾਂ ਨੂੰ ਵੀ ਦੱਸਤਾ ਆਪਣਾ ਫਾਈਨਲ। ਮੈਂ ਕਿਹਾ ਮੈਂ ਦੱਸਤਾ ਸੀਗਾ, ਮੈਂ ਕਿਹਾ ਤੁਸੀਂ ਫੈਸਲਾ ਲਿਆ ਪਰਿਵਾਰ ਨੇ, ਜਾਂ ਤੁਹਾਡੇ ਦੋ ਚਾਰ ਸਲਾਹਕਾਰ ਹੋਰ ਹੋ ਸਕਦੇ, ਮੈਂ ਕਿਹਾ ਤੁਸੀਂ ਉਹਨਾਂ ਨਾਲ ਸਲਾਹ ਕਰ ਲਓ। ਠੀਕ ਹੈ, ਤੁਹਾਡੇ ਲਈ ਸਲਾਹ ਕਰਨੀ ਸੌਖੀ ਹੈ। ਅਤੇ ਮੈਂ ਕਿਹਾ ਮੇਰੇ ਬਾਰੇ ਜਿਹੜਾ ਫੈਸਲਾ ਲੈਣਾ ਉਹ ਪਾਰਟੀ ਨੇ ਲੈਣਾ, ਤੁਸੀਂ ਪਾਰਟੀ ਤੱਕ ਪਹੁੰਚ ਕਰ ਲਓ, ਤੁਹਾਡੀ ਉਹਨਾਂ ਤੱਕ ਪਹੁੰਚ ਹੈਗੀ ਹੈ, ਮਿਲਦੇ ਵੀ ਰਹੇ ਆ। ਅੰਮ੍ਰਿਤਪਾਲ ਸਿੰਘ ਹੋਰਾਂ ਦੀ ਮਾਸੀ ਅਤੇ ਹੋਰ ਰਿਲੇਟਿਵ ਜਿਹੜੇ ਆ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਇਸ ਸੰਬੰਧੀ ਮਿਲ ਕੇ ਵੀ ਆਉਂਦੇ ਰਹੇ, ਪਹਿਲਾਂ ਚੋਣਾਂ ਨੂੰ ਨਹੀਂ, ਦੂਸਰੇ ਮਸਲੇ ਨੂੰ ਲੈ ਕੇ ਹੈ। ਹਾਂ ਐਨ ਐਸ ਏ ਲੱਗਾ, ਜਾਂ ਉਸ ਤੋਂ ਬਾਅਦ ਮੋਰਚਾ ਮਾਰਚਾ ਕਈ ਕੁਛ ਜਿਹੜਾ, ਉਹ ਬੀਬੀ ਮੇਰੀ ਵੀ ਸਾਂਝ ਵਾਲੀ। ਮੁਕਦਮਾ ਦਰਜ ਕਰਦੇ ਹੋ, 307 ਦਾ ਮੁਕਦਮਾ ਤੁਸੀਂ ਲਾਤਾ ਆ, ਤੇ ਤੁਸੀਂ ਚੱਕ ਕੇ ਉਹਨੂੰ ਜੇਲ੍ਹ ਚ ਬੰਦ ਕਰਦੇ, ਕਾਨੂੰਨੀ ਕਾਰਵਾਈ ਕਰਦੇ, ਚੱਕ ਕੇ ਤੁਸੀਂ ਐਨ ਐਸ ਏ ਲਾ ਕੇ ਡੁਬੂਗੜ ਸੁੱਟ ਦਿੰਦੇ। ਮੈਂ ਮੇਰਾ ਸਮਰਥਕ ਨਾ ਤੇ ਮਾੜਾ ਕਮੈਂਟ ਕਰੂਗਾ ਤੇ ਨਾ ਪੋਸਟ ਪਾਊਗਾ, ਪਾਉਣ ਨੂੰ ਤਾਂ ਮੈਨੂੰ ਬਥੇਰਾ ਕੁਛ ਕਹੀ ਕਹੀ ਜਾਂਦੇ, ਪਰ ਜਿੰਨਾ ਕਿ ਮੇਰੀ ਨਜ਼ਰ ਚਾਹੁੰਦਾ ਮੈਂ ਸਾਰਿਆਂ ਨੂੰ ਮਨਾ ਕੀਤਾ, ਮੈਂ ਸਭ ਨੂੰ ਮਨਾ ਕੀਤਾ, ਪਰ ਮੈਂ ਉਹਨਾਂ ਨੂੰ ਉੱਥੇ ਸਵੇਰੇ ਇਹ ਵੀ ਗੱਲ ਕੀਤੀ ਜੀ, ਮੈਂ ਕਿਹਾ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਗਾ, ਵੀ ਤੁਹਾਡੇ ਜਿਹੜੇ ਆ ਤੁਸੀਂ ਆਪਦੇ ਨੂੰ ਕਹੋ ਪਰਿਵਾਰ ਵੱਲੋਂ ਕਿ ਭਾਈ ਕੜੱਤਣ ਵਾਲੀਆਂ ਗੱਲਾਂ ਜਾਂ ਐਵੇਂ ਇਲਜ਼ਾਮਬਾਜ਼ੀ ਵਾਲੇ ਆ ਕਰਦਾਰ ਖੁਸ਼ੀ ਵਾਲੀਆਂ ਗੱਲਾਂ ਨਾ ਕਰੀਏ, ਮੈਂ ਕੋਈ ਇੱਧਰੋਂ ਲੱਗ ਪਿਆ ਵੀ ਉੱਧਰੋਂ ਲੱਗ ਪਿਆ, ਤਮਾਸ਼ਾ ਬਣ ਜਾਣਾ, ਬਗਾਨੇ ਵੇਖਣਗੇ। ਹਾਂਜੀ ਤੇ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਕਿ ਸਾਰਿਆਂ ਨੂੰ ਕਹਿੰਦੇ ਵੀ ਇਹਨਾਂ ਕੰਮਾਂ 'ਚ ਨਾ ਪੈਣ, ਇਲੈਕਸ਼ਨ ਲੜਨ।